पूरा कर लिया, चलिए चलो चलिए जी, थक गए हां जी, मैं नींदर आउंड आई है, चलिए सकना तो है, इतनी गर्मी ਦੇ ਵਿੱਚ ਜੋ ਬਹੁਤ ਗਰਮੀ ਕੋ ਨਹੀਂ ਯਾਰ, ਇਹਨੇ ਹਵਾ ਚੱਲਣੇ, ਮੌਸਮ ਠੀਕ ਆ ਯਾਰ, ਇੰਜੋਏ ਕਰੋ। ਹੁਣੇ ਤੁਸੀਂ ਕਹਿੰਦੇ ਸੀ ਇਤਨੀ ਗਰਮੀ ਲੱਗਣ ਦੀ ਆ, ਤੇ ਹੁਣੇ ਗਰਮੀ ਯਾਰ ਪਹਾੜੀ ਤੇ ਲੱਗਦੀ ਸੀ, ਇੱਥੇ ਨਹੀਂ ਸੀ ਲੱਗਦੀ। ਅੱਛਾ ਚਲੋ ਫਿਰ ਹੁਣ ਕਿੱਧਰ ਜਾਣਾ? ਹੁਣ ਬਾਹਰ ਟੁਰਦੇ ਫਿਰਦੇ ਨਾ ਲੱਗੋ, ਠੰਡਾ ਗਰਮ ਹੋਣੇ ਆ। ਅੱਛਾ ਠੰਡਾ ਗਰਮ ਮਤਲਬ ਪਹਿਲੇ ਗਰਮ ਫਿਰ ਠੰਡਾ। ਅੱਛਾ ਇਹ ਹਿਸਾਬ ਲਾਉਂਦੇ ਆ ਕਾਦਾ ਕੀ ਕਰਨਾ ਭਾਈ। ਅੱਛਾ ਅੱਛਾ ਕਿਹਦਾ ਕੁਝ ਖਾਦਾ ਮੈਂ ਕਿਸੇ ਪਾਸੇ ਜਾਣਾ ਹੀ ਪੈਣਾ ਯਾਰ। ਗਲਤ ਮਤਲਬ ਨਾ ਸਮਝੀ ਕਿ ਮਤਲਬ ਬੋਤਲ ਪੀਣ ਸ਼ਾਪ ਤੇ ਜਾਵਾਂਗਾ ਜਾਂ ਕਿਸੇ ਬੇਕਰੀ ਤੇ ਜਾਵਾਂਗਾ, ਤੂੰ ਉਲਟ ਨਾ ਸਮਝੀ ਬਗੈਰ ਕਿਤੇ ਜਾਣਾ ਪੈਣਾ। ਮੈਂ ਤਾਂ ਕਹਿ ਰਿਹਾ ਸੀ ਮੈਂ ਕਿ ਹੁਣ ਗੋਸ਼ਤ ਕੁਝ ਖਾਦਾ ਨਾ, ਥੋੜਾ ਕਿਸੇ ਸਾਈਡ ਤੇ ਜਾ ਕੇ ਬਹਿ ਕੇ ਸਲੀ ਨਾਲ ਬੋਤਲ ਸ਼ੋਤਲ ਪੀਨੇ ਆ। ਲੈ ਕਿਉਂ ਹੋਣ ਦੀ ਫੋਟੋਗ੍ਰਾਫੀ ਨਹੀਂ ਚੈੱਕ ਕਰ। ਹਾਂਜੀ ਐ ਤਸਵੀਰ ਮੈਂ ਖਿਚਾ ਰਿਹਾ ਜਿਵੇਂ ਪਤਨ ਬੋਰਡ ਆਂਦੀ ਆ ਮੈਂ। ਐਕਸ਼ਨ ਇਤਾ ਮਾਰਨ ਦੇ ਹੈ ਪੈ ਜਾਂਦੇ ਨੇ। ਹਾਂਜੀ ਇਹਨਾਂ ਦਾ ਪਿੱਛੇ 100 ਡਿੱਗਿਆ ਤੇ ਤਸਵੀਰ ਛੱਡ ਕੇ 100 ਚੁੱਕਣ ਲੱਗ ਪਿਆ। ਸਾਰੇ ਸਾਡੀ ਫੋਟੋ ਵੀ ਖਿੱਚੀ ਹੋਇਆ ਇੱਕ ਸਾਡਾ ਮੈਲ ਖਿੱਚੀ ਯਾਰ, ਖਿੱਚੀ ਖਿੱਚੀ ਸਾਡਾ ਮੈਲ ਛੋਟਾ ਤੁਸੀਂ ਵੇਚਣੀ ਹੋਗਾ। ਨਹੀਂ ਨਹੀਂ ਮੁੰਡੇ ਚੰਗੇ ਆ ਯਾਰ, ਫੋਟੋ ਖਿੱਚਣਗੇ ਮੈਨੂੰ ਉਹ ਜਿਹੜਾ ਜਿਹਦੇ ਕੋਲ ਜਾਵੇ ਨਾ ਯਾਰ ਤਸਵੀਰ ਤਾਂ ਬਣਾਈ। ਹਾਂ ਉਹ ਨਿੱਕੀ ਮੇਰੇ ਕੋਲ ਹੈ ਤਸਵੀਰਾਂ ਹਲੇ, ਕਹਿੰਦਾ ਮੇਰੇ ਕੋਲ ਮੋਬਾਈਲ ਹੈ ਲੇਕਿਨ ਹੈ ਛੋਟਾ। ਮੈਂ ਕਿਹਾ ਛੋਟਾ ਤੂੰ ਉਹਨੂੰ ਕੀ ਕਰਨਾ ਫਿਰ, ਜਦੋਂ ਤੇਰੇ ਕੋਲ ਨਹੀਂ ਹੈ ਤਾਂ ਕਹਿ ਦੇ ਭਾਈ ਜਾਨ। ਆਹ ਵੇਖੀ ਤੇ ਕਿਸਮਤ ਖੁੱਲਦੀ ਆ ਫਿਰ ਕਿਉਂ ਤੂੰ ਕਹਿੰਦਾ 100 ਪਿਆਰ ਨੇ। ਅੱਛਾ ਗੱਲ ਹੋਈ ਆ ਨਹੀਂ ਹੋਈ ਆ ਕਿਉਂ ਭਾਈ ਜਾਨ, ਤੈਨੂੰ ਕੁਲਫੀ ਆਉਣੀ ਆ। ਹੈਲੋ ਤੈਨੂੰ ਕੁਲਫੀ ਆਉਣੀ ਆ, ਦੇਖਿਆ ਤੂੰ ਕਿਹਾ 100 ਰੁਪਏ ਲੱਭ ਗਿਆ ਸਾਨੂੰ। ਅੱਛਾ ਮੈਂ 5000 ਆ, ਮੈਂ 5000 ਹੋ ਜਾਣਾ ਸੀ ਤੇ ਕਿਹਾ ਕਿ ਹੋ ਨਹੀਂ ਹੁਣ ਬਾਪੇ ਨੂੰ ਖਵਾਇਆ ਕਰੋ ਕੁਛ ਨਹੀਂ ਇਹਨੂੰ ਬਾਬੇ ਨੂੰ ਨਾ ਰੱਖਿਆ ਕਰੋ ਠੀਕ ਹੈ ਨਾ, ਜਿੱਥੇ ਕਹਿ ਗਏ ਨਾ ਪੈ ਜਾ ਯਾਰ। ਨਹੀਂ ਦੇਖਾ ਉੱਥੇ ਕਿਹਾ ਨਾ ਕਹਿੰਦਾ ਪਿੱਛੇ 100 ਰੁਪਏ ਦੇ ਪਿੱਛੇ ਇੱਕ ਫੋਟੋ ਛੱਡ ਦੇਣਾ 100 ਰੁਪਏ ਚੱਕ ਲੈਣਾ ਉਹ ਆ ਸਾਹਮਣੇ ਅੱਗੇ। ਚਲੋ ਸਾਡੀ ਕਿਸਮਤ ਕੁਲਫੀਆਂ ਦਾ ਖਾਂਦੇ ਆ ਨਾ, ਕਿਸਮਤ ਤੇ ਬਣ ਗਈ ਨਾ ਯਾਰ। ਹੁਣ ਇੱਕ ਹੋਰ ਬਾਬਾ ਜੀ ਦੁਆ ਕਰੀਏ ਕਿ 5000 ਵਾਲੀ ਹੁਣ ਬਾਬਾ ਜੀ ਆਪ ਹੀ ਜਾਂਦੇ ਰਹਿਣਗੇ। ਚਲੋ ਉੱਥੇ ਚੱਲ ਕੇ ਆ ਲਓ ਕੁਲਫੀਆਂ ਰੁਮਾਲ ਕਿੱਥੇ ਯਾਰ, 10 ਲਾ ਲਾ ਯਾਰ, 10 ਨਾਲ ਲਾ ਕੇ ਹੋਰ ਵਿੱਚ ਕੁਛ ਲਵਾਂਗੇ। ਹਾਂ ਮੁੜ ਸੀ ਨਹੀਂ ਟਰੈਕਟਰ ਮੁੜ ਦੇ ਟਰੈਕਟਰ ਮੁੜ ਦੇ ਹੁਣ ਕਿਤੇ ਜਾ ਰਹੇ ਜਨਾਬ? ਫਤਿਹਪੁਰ ਜਨਾਬ ਫੇਰ ਨਾਲ ਬਸ ਮੈਂ ਟੁਰ ਫਿਰੇ ਤੇ ਔਰ ਅਜੀਬ ਤਾਂ ਦੇਖਣੇ ਫਿਰ ਟੁਰੋ। ਅੱਛਾ 2 ਦਿਨ ਦੀ ਛੁੱਟੀ ਆ, ਮਾਰੋ ਗੁਜ਼ਾਰਾ ਕਰੋ। ਹਾਂਜੀ ਮੈਂ ਕਿਹਾ 2 ਦਿਨ ਦੀ ਛੁੱਟੀ ਹੈ, ਟਾਈਮ ਪਾਸ ਕਰੋ, ਚਲ ਹੋਏਗਾ ਟਾਈਮ ਪਾਸ। ਯਾਰ ਖੈਰ ਬਸ ਕਰ ਹੁਣ ਉਹਨੂੰ ਕਹੀ ਈਦ ਮਿਲਣ ਪਾਰਟੀ ਆ ਸਾਹਿਬ ਦੇ। ਕਿਹੜੀ ਈਦ ਮਿਲਣ ਪਾਰਟੀ ਆ ਬਾਗ ਦੇ ਵਿੱਚ ਹੋਰ ਕਿਹੜੀ? ਤੁਸੀਂ ਵੀ ਬਣਾ ਲਵੋ ਆਜੋ ਮੁਸਤਫਾ ਭਾਈ, ਤੁਸੀਂ ਤੁਸੀਂ ਆਪਣੇ ਮੋਬਾਈਲ ਤੋਂ ਲੈ ਲਾਂਗੇ, ਅਸੀਂ ਤਾਂ ਬਣਾ ਲਾਂਗੇ। ਬਣਾਓ ਤੂੰ ਬਣਾ ਨਾ, ਅਸੀਂ ਮੇਰੇ ਤਾਂ ਬਣਾਉਣ ਨਹੀਂ, ਮੈਂ ਤਾਂ ਵੀਡੀਓ ਬਣਾ ਲਾਂਗੇ। ਸਾਡਾ ਚੈਨਲ ਕੋਈ ਨਹੀਂ ਆ ਨਾ, ਅਸੀਂ ਕੀ ਕਰਨੀ ਬਣਾਗਾ, ਅਸੀਂ ਤਸਵੀਰਾਂ ਬਣਾਉਣੀਆਂ ਬਣਾ ਲਈਆਂ ਬਸ। ਮੈਂ ਕਿਹਾ ਤਸਵੀਰਾਂ ਆਉਂਦੀ ਨਾ ਬਣਾਉਣ ਦਾ ਕੌਣ ਉਹ ਬਣਾਉਣ ਤੇ ਡਿਆ ਹੋਰ ਕਿਤੇ ਕਿਉਂ ਕਸ਼ਮ ਭਾਈ ਆਓ ਹਾਂ ਆ ਜਾਂਦੇ ਤੁਸੀਂ ਆਪਣਾ ਮੋਬਾਈਲ ਕੱਢ ਦੋ।